ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਦੋਸਤੋ, ਮੈਂ ਡਾਕਟਰ ਰਣਜੀਤ ਸਿੰਘ ਚੌਹਾਨ, ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ, ਜ਼ਿਲ੍ਹਾ ਜਲੰਧਰ। ਦੋਸਤੋ, ਅਸੀਂ ਦੇਖਿਆ ਕਿ ਪਿਛਲੇ ਦਿਨੀ ਜ਼ਿਲ੍ਹਾ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਬੋਰਹੋਲ ਦੇ ਵਿੱਚ ਇੱਕ ਬੱਚੇ ਨੇ ਡਿੱਗ ਕੇ ਆਪਣੀ ਜਾਨ ਗੁਆ ਲਈ। ਸੋ ਦੋਸਤੋ, ਭਾਵੇਂ ਇਹਦੇ ਵਿੱਚ ਗਲਤੀ ਕਿਸੇ ਦੀ ਵੀ ਅਸੀਂ ਮੰਨ ਲਈਏ, ਉਹਨਾਂ ਦੇ ਪੇਰੈਂਟਸ ਦੀ ਪਹਿਲ ਦੇ ਆਧਾਰ 'ਤੇ ਅਸੀਂ ਗਲਤੀ ਮੰਨੀਏ ਕਿ ਉਹਨਾਂ ਨੇ ਬੋਰਹੋਲ ਨੂੰ ਨੰਗਾ ਛੱਡਿਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਨਾ ਵਾਪਰਨ, ਇਸ ਲਈ ਪੰਜਾਬ ਦੇ ਸਾਰੇ ਕਿਸਾਨ ਵੀਰਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਬੇਨਤੀ ਹੈ ਕਿ ਇਹਨਾਂ ਬੋਰਹੋਲਾਂ ਨੂੰ ਅਸੀਂ ਪੱਕੇ ਢੱਕਣਾ, ਸਖਤ ਢੱਕਣਾ, ਪਲਾਸਟਿਕ ਦੇ ਸਖਤ ਢੱਕਣਾ ਦੇ ਨਾਲ ਕਵਰ ਕਰੀਏ ਤਾਂ ਕਿ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਮਾੜੀ ਦੁਰਘਟਨਾ ਨਾ ਵਾਪਰੇ। ਅਸੀਂ ਕੀ ਕਰਦੇ ਹਾਂ ਕਿ ਬੋਰਹੋਲ ਦੇ ਵਿੱਚੋਂ ਮੱਛੀ ਮੋਟਰ ਕੱਢ ਲਈ ਅਤੇ ਉਹ ਬੋਰਹੋਲ ਨੂੰ ਉਸੇ ਤਰ੍ਹਾਂ ਹੀ ਛੱਡ ਦਿੰਦੇ ਹਾਂ, ਭਾਵੇਂ ਉਹ ਖੇਤ ਦੀ ਗੱਲ ਕਰਾਂ ਮੈਂ ਅਤੇ ਭਾਵੇਂ ਘਰ ਦੇ ਵਿੱਚ ਲੱਗੇ ਕਿਸੇ ਬੋਰਹੋਲ ਦੀ ਗੱਲ ਕਰੀਏ। ਇਹਨਾਂ ਨੂੰ ਪਲਾਸਟਿਕ ਦੀ ਬੋਰੀ ਨਾਲ ਜਾਂ ਪਲਾਸਟਿਕ ਦੇ ਲਿਫਾ ਪੋਲੀਥੀਨ ਦੇ ਨਾਲ ਕਵਰ ਕਰਕੇ ਅਸੀਂ ਰੱਖ ਦਿੰਦੇ ਹਾਂ, ਜਿਹੜਾ ਕਿ ਸਰਾਸਰ ਗਲਤ ਆ, ਕਿਉਂਕਿ ਧੁੱਪ ਦੇ ਨਾਲ, ਮੀਂਹ ਦੇ ਨਾਲ, ਬਰਸਾਤ ਦੇ ਨਾਲ ਇਹ ਗਲ ਜਾਂਦੀਆਂ ਨੇ ਚੀਜ਼ਾਂ, ਬੋਰੀ 'ਤੇ ਜਿਹੜਾ ਅਸੀਂ ਪਲਾਸਟਿਕ ਗਲ ਜਾਂਦਾ। ਅਤੇ ਅਸੀਂ ਜੇ ਇਹਨੂੰ ਕਵਰ ਵੀ ਕਰਨਾ, ਕਵਰ ਤਾਂ ਕਰਨਾ ਕਿਉਂਕਿ ਜੇ ਅਸੀਂ ਇਸ ਨੂੰ ਦੁਬਾਰਾ ਚਲਾਉਣਾ, ਜੇ ਦੁਬਾਰਾ ਨਹੀਂ ਚਲਾਉਣਾ ਤਾਂ ਇਹਨੂੰ ਪੱਕੇ ਤੌਰ 'ਤੇ ਮਿੱਟੀ ਪਾ ਕੇ ਬੰਦ ਕਰੀਏ, ਜੇ ਦੁਬਾਰਾ ਚਲਾਉਣਾ ਤਾਂ ਇਸ ਨੂੰ ਪਲਾਸਟਿਕ ਦੇ ਜਿਸ ਤਰ੍ਹਾਂ ਦਾ ਮਟੀਰੀਅਲ ਦਾ ਪਾਈਪ ਬਣਿਆ ਹੁੰਦਾ ਉਸੇ ਮਟੀਰੀਅਲ ਦੇ ਹੀ ਕਵਰ ਮਿਲਦੇ ਆ ਸਾਨੂੰ ਬਾਜ਼ਾਰ ਦੇ ਵਿੱਚੋਂ, ਜਿਹੜੇ ਬਹੁਤ ਸਸਤੇ ਆ। 4 ਇੰਚ ਦੀ ਗੱਲ ਕਰਾਂ ਤਾਂ 100 ਰੁਪਏ ਦਾ ਮਿਲ ਜਾਂਦਾ ਢੱਕਣ, ਜੇ 8 ਇੰਚ ਦੀ ਗੱਲ ਕਰਾਂ ਤਾਂ 200 ਰੁਪਏ ਦਾ ਮਿਲ ਜਾਂਦਾ, ਜੇ 10 ਤੋਂ 12 ਇੰਚ ਦੀ ਗੱਲ ਕਰੀਏ ਤਾਂ 250 ਰੁਪਏ ਦਾ ਮਿਲ ਜਾਂਦਾ, ਜੇ 14 ਇੰਚ ਦੀ ਗੱਲ ਕਰੀਏ ਤਾਂ 300 ਰੁਪਏ ਦਾ ਢੱਕਣ ਜਿਹੜਾ ਇਹ ਮਿਲ ਜਾਂਦਾ, ਜਿਹਦੇ ਨਾਲ ਅਸੀਂ ਆਪਣੇ ਬੋਰਹੋਲ ਪਰਮਾਨੈਂਟ ਕਵਰ ਕਰਕੇ ਰੱਖ ਸਕਦੇ ਹਾਂ, ਜਦੋਂ ਲੋੜ ਹੋਵੇ ਉਹਨਾਂ ਨੂੰ ਖੋਲ੍ਹ ਸਕਦੇ ਹਾਂ। ਇੱਥੇ ਇਹ ਵੀ ਦੇਖਣ ਵਿੱਚ ਆਇਆ ਕਿ ਬਹੁਤੇ ਕਿਸਾਨ ਵੀਰ ਇਸ ਬੋਰਹੋਲ ਨੂੰ ਖਾਲੀ ਤਾਂ ਛੱਡ ਲੈਂਦੇ ਆ ਕਿ ਇਹਦੇ ਵਿੱਚ ਉਹ ਆਪਣੇ ਘਰ ਦਾ ਵੇਸਟ ਪਾਣੀ ਜਾਂ ਕੋਈ ਹੋਰ ਵੇਸਟ ਪਾਣੀ ਸੁੱਟਣਾ ਸ਼ੁਰੂ ਕਰ ਦਿੰਦੇ ਆ, ਅਤੇ ਉਹਨਾਂ ਦੇ ਲਈ ਇਹ ਇੱਕ ਵਰਦਾਨ ਸਿੱਧ ਹੁੰਦਾ ਕਿ ਵੀ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ। ਪਰ ਦੋਸਤੋ, ਇਹੋ ਜਿਹੇ ਬੋਰਹੋਲ ਦੇ ਵਿੱਚ ਆਪਣੇ ਘਰ ਦਾ ਵੇਸਟ ਪਾਣੀ ਪਾਉਣਾ ਬਹੁਤ ਹੀ ਮਾੜੀ ਗੱਲ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨ ਦੇ ਵਿੱਚ ਜਿਹੜਾ ਪਾਣੀ ਜਿਹੜਾ ਅਸੀਂ ਕੱਢਦੇ ਹਾਂ ਪੀਣ ਲਈ, ਉਹ ਵੀ ਦੂਸ਼ਿਤ ਹੋ ਸਕਦਾ। ਸੋ ਬਹੁਤ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਨੇ। ਇਹ ਸਮਾਜ ਦੇ ਵਿੱਚ ਜੇ ਅਸੀਂ ਰਹਿਣਾ ਤਾਂ ਸਾਡਾ ਇਨਸਾਨੀ ਤੌਰ 'ਤੇ ਇਖਲਾਕੀ ਫਰਜ਼ ਬਣਦਾ ਕਿ ਅਸੀਂ ਇਹਨਾਂ ਬੋਰਹੋਲਾਂ ਨੂੰ ਨਾਲ ਦੀ ਨਾਲ ਹੀ ਬੰਦ ਕਰ ਦਈਏ ਜੇ ਉਹ ਵਰਤੋਂ ਦੇ ਵਿੱਚ ਨਹੀਂ ਆਉਂਦੇ। ਸੋ ਇੰਨੀ ਕੁ ਬੇਨਤੀ ਮੈਂ ਕਰਨੀ ਚਾਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀਰੋ, ਸਰਕਾਰ ਵੀ ਇਹਦੇ ਪ੍ਰਤੀ ਕਾਫੀ ਸਖਤ ਹੈ, ਜੇਕਰ 15 ਜੁਲਾਈ ਤੱਕ ਤੁਸੀਂ ਆਪਣੇ ਇਹ ਬੋਰਹੋਲ ਕਵਰ ਨਹੀਂ ਕਰਦੇ, ਬੰਦ ਨਹੀਂ ਕਰਦੇ ਢੱਕਣਾਂ ਦੇ ਨਾਲ, ਤਾਂ ਤੁਹਾਡੇ ਉੱਤੇ FIR ਦਰਜ ਵੀ ਹੋ ਸਕਦੀ ਹੈ। ਸੋ ਜ਼ਰੂਰੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੋਰਹੋਲਾਂ ਨੂੰ ਅਸੀਂ ਜਲਦੀ ਤੋਂ ਜਲਦੀ ਕਵਰ ਕਰੀਏ।